ਉੱਥੋਂ ਭੇਚਣ ਭੇਚਣ ਕੇ ਆਪਦੇ ਕੋਲੇ ਸੱਦ ਲੈਂਦੇ ਸੀਗੇ। ਸਾਨੂੰ ਤਾਂ ਸਾਲ ਹੋ ਗਿਆ ਵੀਰ ਜੀ ਲਾਉਂਦੇ ਨੂੰ, ਸਾਨੂੰ ਤਾਂ ਮਹੀਨਾ ਕੀ ਹੋਇਆ ਜੀ ਪਤਾ ਚੱਲੇ ਨੂੰ। ਤੇ ਸਿੱਟਾ ਲਾਉਂਦਾ ਜੀ, ਟੀਕੇ ਲਾਉਂਦਾ ਜੀ। ਉਮਰ ਕਿੰਨੀ ਹੈ ਜੀ? 16 ਸਾਲ ਹੈ ਜੀ। ਤੁਹਾਨੂੰ ਕਦੋਂ ਪਤਾ ਲੱਗਿਆ? ਸਾਨੂੰ ਜੀ ਮਹੀਨਾ ਕੀ ਹੋ ਗਿਆ ਪਤਾ ਲੱਗੇ ਜੀ। ਡਰੈਕਸ ਲੈਂਦਾ ਸੀਗਾ, ਫਿਰ ਉਹਦੇ ਘਰ ਘਰ ਸੀ ਮੁੰਡੇ ਆ, ਉਹਨਾਂ ਨੇ ਡਰੈਕਸ ਲੈਂਦਾ ਸੀ, ਹੁਣ ਲੈਣ ਵਾਲੀ ਹੈ ਤੁਹਾਨੂੰ ਠੀਕ। ਅੱਛਾ, ਤੋੜ ਲੱਗਦੀ ਪਈ ਉਹ? ਕਿੰਨੇ ਦਿਨ ਹੋ ਗਏ ਤੁਹਾਨੂੰ? 3 ਦਿਨ ਹੋ ਗਏ ਜੀ, ਨਹੀਂ ਲਾਇਆ, 1 ਸਾਲ ਹੋ ਗਿਆ ਲਾਉਂਦੇ ਜੀ। ₹20,000 ਲੈ ਗਿਆ ਮੋਟਰਸਾਈਕਲ ਸੀ, ਇੱਥੇ ਬੈਂਕ 'ਚ ਆਏ ਸੀਗੇ ਜੀ, ਚਾਚਾ ਸੀਗਾ ਉਹਦਾ ਨਾਲ ਕਰਚਰਨ ਸਿੰਘ, ਅਤੇ ₹20,000 ਸੀ ਮੋਟਰਸਾਈਕਲ ਸੀਗਾ ਜੀ, ਫੋਨ ਸੀਗਾ, ਇੱਥੋਂ ਗੁੰਮਰਾਹ ਕਰ ਲਿਆ ਜੀ ਉਹਨਾਂ ਨੇ, ਫੋਨ ਫਾਨ ਲਾ ਕੇ ਆਪਦੇ ਕਬਜ਼ੇ 'ਚ ਕਰ ਲਿਆ, ਅਤੇ 15 ਦਿਨ ਤੋਂ ਜੀ ਹੁਣ ਟੀਕੇ ਲਾ ਰਿਹਾ ਸੀਗਾ, ਪਰਸੋਂ ਆਪਣੇ ਆਪ ਹੀ ਘਰ ਆ ਗਿਆ ਜੀ। ਇਹੋ ਜਿਹੀ ਸੰਗਤ 'ਚ ਕਾਹਤੋਂ ਪੈ ਗਏ ਤੁਹਾਡੀ? ਹਜੇ ਉਮਰ ਕੀ ਹੈ? ਸਰ ਮੈਂ 2-3 ਵਾਰ ਨਹੀਂ ਲਾਇਆ, ਮੈਂ ਉਹਨਾਂ ਕੋਲੋਂ 2-3 ਵਾਰ ਉਹਨਾਂ ਨੇ ਮੈਨੂੰ ਕਿਹਾ ਲਗਾਤਾਰ ਵੀ ਲਾ ਲਾ, ਮੈਂ ਨਹੀਂ ਲਾਇਆ। ਇੱਕ ਦਿਨ ਲਾ ਲਿਆ, ਮੈਨੂੰ ਵੋਮਿਟਿੰਗ ਹੋਣ ਲੱਗ ਗਈ, ਉਹਨਾਂ ਨੇ ਮੇਰੀ ਫੋਟੋ ਖਿੱਚੀ ਵੀ ਉੱਥੇ। ਇਹ ਦੌਰਾ ਪੈ ਗਿਆ ਸੀਗਾ, ਇਹਨੂੰ ਚਿੱਟਾ ਚੁੱਟਾ ਲਾਉਂਦੇ ਰਹੇ ਆ ਘਰਾਂ ਦੇ ਪਾਸਿਓਂ ਜੀ, ਸਾਡੇ ਸਗਾ ਹੀ ਆ। ਸਾਨੂੰ ਤਾਂ ਮਹੀਨੇ 1.5 ਮਹੀਨੇ ਦਾ ਹੀ ਪਤਾ ਲੱਗਿਆ ਜੀ, ਪਹਿਲਾਂ ਚੋਰੀ ਚਾਰੀ ਲਾਉਂਦਾ ਸੀ, ਉੱਥੇ ਟਿਊਸ਼ਨ 'ਤੇ ਜਾਂਦਾ ਹੁੰਦਾ ਜੀ ਪੜ੍ਹਨ। ਹਾਂਜੀ, 9ਵੀਂ 'ਚ ਪੜ੍ਹਦਾ ਜੀ। ਇਹ ਆਪ ਹੀ ਬੋਲੀ ਜਾਂਦਾ ਜੀ, ਉੱਥੇ ਨਾਲ ਹੀ ਹੈ ਜੱਸੇ ਦੇ ਜਵਾਕ ਹੈ ਜੀ, 2 ਮੁੰਡੇ, ਕਾਲਾ ਇੱਕ। ਕਾਰਵਾਈ ਲੈ ਕੇ ਲੈ ਗਏ, ਬਾ ਬਿਆਨ ਹੋ ਗਿਆ, ਮੁੜ ਕੇ ਕੋਈ ਕਾਰਵਾਈ ਪਾਉਂਦੇ ਨਹੀਂ। ਕਿਹੜੇ ਪਿੰਡ ਤੋਂ ਹੋ ਤੁਸੀਂ? ਸਾਨੂੰ ਤਾਂ ਪਤਾ ਨਹੀਂ। ਕੀ ਗੱਲ ਹੋ ਗਈ ਤੁਸੀਂ ਅੱਜ ਇੱਥੇ ਹੋਸਪਿਟਲ ਪਏ? ਡਰੈਕਸ ਲੈਂਦਾ ਸੀਗਾ, ਫਿਰ ਉਹਦੇ ਘਰ ਘਰ 'ਚ ਮੁੰਡੇ ਆ, ਉਹਨਾਂ ਨੇ ਡਰੈਕਸ ਲੈਂਦਾ ਸੀ, ਹੁਣ ਲੈਣ ਵਾਲੀ ਹੈ ਤੁਹਾਨੂੰ ਠੀਕ। ਅੱਛਾ, ਤੋੜ ਲੱਗਦੀ ਪਈ? ਕਿੰਨੇ ਦਿਨ ਹੋ ਗਏ ਤੁਹਾਨੂੰ? 3 ਦਿਨ ਹੋ ਗਏ ਜੀ, ਨਹੀਂ ਲਾਇਆ, 1 ਸਾਲ ਹੋ ਗਿਆ ਲਾਉਂਦੇ ਜੀ। ਸਾਲ ਹੋ ਗਿਆ ਲਾਉਂਦੇ? ਹਾਂਜੀ। ਇਹੋ ਜਿਹੀ ਸੰਗਤ 'ਚ ਕਾਹਤੋਂ ਪੈ ਗਏ ਤੁਹਾਡੀ? ਹਜੇ ਉਮਰ ਕੀ ਹੈ? ਸਰ ਮੈਂ 2-3 ਵਾਰ ਨਹੀਂ ਲਾਇਆ, ਮੈਂ ਉਹਨਾਂ ਕੋਲੋਂ 2-3 ਵਾਰ ਉਹਨਾਂ ਨੇ ਮੈਨੂੰ ਕਿਹਾ ਲਗਾਤਾਰ ਵੀ ਲਾ ਲਾ, ਮੈਂ ਨਹੀਂ ਲਾਇਆ। ਇੱਕ ਦਿਨ ਲਾ ਲਿਆ, ਮੈਨੂੰ ਵੋਮਿਟਿੰਗ ਹੋਣ ਲੱਗ ਗਈ, ਉਹਨਾਂ ਨੇ ਮੇਰੀ ਫੋਟੋ ਖਿੱਚੀ ਵੀ ਉੱਥੇ। ਉਹਨਾਂ ਕੋਲ ਜਿੰਨੇ ਵੀ ਸਾਡੇ ਗਵਾਰ ਤੇ ਉਹਨਾਂ ਕੋਲ ਮੁੰਡੇ ਜਾਂਦੇ ਸੀ, ਸਾਰਿਆਂ ਦੀਆਂ ਫੋਟੋਆਂ ਜਿਵੇਂ ਲਾਉਂਦੇ ਦੀਆਂ ਫੋਟੋਆਂ, ਕਈ ਬੈਠੇ ਜਿਵੇਂ ਨਸ਼ੇ 'ਚ ਬੈਠੇ ਆਏ, ਫਰੀ ਅੱਗੇ ਆ ਗਏ, ਉਹਨਾਂ ਦੇ ਕੋਲ ਸਾਰਿਆਂ ਦੀਆਂ ਫੋਟੋ। ਮੈਨੂੰ ਕਹਿੰਦੇ ਬਾਈ ਜੀ ਇੱਥੇ ਫੜਾ ਕੇ ਆਉਣ ਲੱਗ ਜਾਣਾ, ਜਾਂ ਬਾਈ ਤੂੰ ਇੱਥੇ ਫੜਾਇਆ ਕਰੀ। ਉਹਨਾਂ ਕੋਲ NRI ਹੁੰਦੇ ਆ, ਜਿੰਨੇ ਵੀ ਉਹਨਾਂ ਕੋਲ ਆਉਂਦੇ NRI ਹੁੰਦੇ ਆ, ਤੁਹਾਡੇ ਉਹਨਾਂ ਦੇ ਜਿਹੜੇ ਲੰਗੇ ਗੱਡੀ ਦਾ, ਠੀਕ ਆ, ਉਹਨਾਂ ਕੋਲ ਉਹ ਵੇਚਦੀ ਆ। ਮੈਨੂੰ ਉੱਥੇ ਤਾਂ ਭੇਜ ਦਿੰਦੇ ਸੀਗੇ, ਬਾਈ ਤੂੰ ਇੱਥੇ ਫੜਾਇਆ, ਇੱਥੇ ਫੜਾਇਆ, ਤੈਨੂੰ ਤਾਂ ਕਿਹੜਾ ਕਿਸੇ ਦੇ ਸ਼ੱਕ ਕਰਨੇ, ਤੇਰੇ ਡਰ ਪਰ ਮੰਨੀ ਨਹੀਂ। ਘਰਦਿਆਂ ਨੂੰ ਨਹੀਂ ਤੁਸੀਂ ਦੱਸਿਆ ਕਿ ਮੇਰੇ ਨਾਲ ਐਂ ਕਰਦੇ ਪਏ? ਹੁਣ ਤੁਸੀਂ ਕੀ ਚਾਹੁੰਦੇ? ਬਹੁਤ ਜਾਣੇ ਨੇ ਸਰ ਉਹਨਾਂ ਕੋਲ ਫੋਟੋਆਂ ਵੀ ਪਈਆਂ ਨੇ ਤੁਹਾਨੂੰ ਉਹ ਬਲੈਕਮੇਲ ਕਰਦੇ ਸੀ ਬਲੈਕਮੇਲ ਕਰਦੇ ਸਰ ਉਹ ਕਹਿੰਦੇ ਬਈ ਮੈਂ ਹੁਣ ਡੈਡੀ ਨੂੰ ਦੱਸਦਾ ਵੀ ਡੈਡੀ ਬਈ ਮੈਂ ਉਹਦੇ ਨਾਲ ਆਇਆ ਸੀਗਾ, ਡੈਡੀ ਨੇ ਮੇਰੇ ਰਿਕਾਰਡਿੰਗ ਉਹਨੂੰ ਕਰਕ
ਅਤੇ ਉੱਥੇ ਤੇਰਾ ਕੰਮ ਚਲਾ ਦਿੰਦੇ 15-20 ਹਜ਼ਾਰ ਰੁਪਇਆ ਮੈਂ ਪਾ ਦੂੰਗਾ ਠੀਕ ਹੈ। ਮੈਂ ਆਪਦੇ ਚਾਚੇ ਨਾਲ ਗਿਆ ਉੱਥੇ 2-3 ਦਿਨਾਂ ਬਾਅਦ ਮੇਰੇ ਡੈਡੀ ਨੂੰ ਪੈਸਿਆਂ ਦੀ ਲੋੜ ਪਈ ਠੀਕ ਹੈ। ਮੇਰੀ ਮੰਮੀ ਦੇ ਅਕਾਊਂਟ 20 ਹਜ਼ਾਰ ਰੁਪਇਆ ਸੀਗਾ, ਉਹਨਾਂ ਨੇ ਕਿਹਾ ਵੀ ਮਸ਼ੀਨ ਦੇ ਰਾਹੀਂ ਐਕਸਿਸ ਬੈਂਕ ਮਸ਼ੀਨ ਦੇ ਰਾਹੀਂ ਕਈ ਪੈਸੇ ਪਾਦੇ ਸਾਡੇ ਅਕਾਊਂਟ 'ਚ। ਮੈਂ ਪੈਸੇ ਪਾਉਣ ਗਿਆ ਉੱਥੇ ਅਕਾਊਂਟ 'ਚ, ਮੈਨੂੰ ਖਿਆਲ ਆਇਆ, ਮੈਂ ਕਿਹਾ ਉਹਨੇ ਕੀਤਾ ਸੀਗਾ। ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਮੇਰੇ ਕੋਲ 20 ਹਜ਼ਾਰ ਰੁਪਇਆ, ਹੁਣ ਦੱਸ ਮੈਂ ਕੀ ਕਰਾਂ। ਕਹਿੰਦਾ ਤੁਸੀਂ ਤੂੰ ਜਲੰਧਰ ਆ ਗਿਆ। ਮੈਂ ਕਿਹਾ ਮੇਰੇ ਕੋਲ ਮੋਟਰਸਾਈਕਲ ਆ, ਵੀ ਉਹਦਾ ਮੈਂ ਕੀ ਕਰਾਂ। ਕਹਿੰਦਾ ਤੂੰ ਕੋਈ ਚੱਕਰ ਨਹੀਂ, ਉੱਥੇ ਅੱਡੇ 'ਤੇ ਲਾਇਆ ਪਰ ਟੈਂਕ ਨਾ ਟਾਈਪ, ਉਹਨੂੰ ਲੋਕ ਲਾ ਕੇ ਚਾਬੀ ਡਿੱਗੀ 'ਚ ਸੱਟ ਕੇ ਆ ਗਿਆ। ਕੋਈ ਚੱਕਰ ਨਹੀਂ, ਉੱਥੇ ਤੁਹਾਨੂੰ ਲੈ ਜਾਣਗੇ ਮੁੰਡੇ ਬਾਅਦ। ਮੈਂ ਉੱਥੇ ਗਿਆ, ਮੈਂ ਜਲੰਧਰ ਕਹਿ 3-0-8 ਨੰਬਰ ਕਹਿ ਗੱਡੀ ਆਈ ਹੈ ਠੀਕ ਹੈ। ਉੱਥੋਂ ਮੈਨੂੰ ਬਸਤੀ 'ਚ ਲੈ ਕੇ ਗਏ ਸਰ। ਆਪਦਾ ਸ਼ਹਿਰ ਹੋਵੇ ਤਾਂ ਪਤਾ ਵੀ ਲੱਗ ਜਾਂਦਾ ਵੀ ਕਿੱਥੇ ਕੀ ਹੈ ਕਿੱਥੇ ਕੀ ਹੈ। ਹੁਣ ਉਹ ਨਵਾਂ ਸ਼ਹਿਰ, ਮੈਂ ਪਹਿਲੀ ਵਾਰ ਗਿਆ ਜਲੰਧਰ, ਮੈਨੂੰ ਵੀ ਪਤਾ ਹੁਣ ਕਿੱਥੇ ਲੈ ਕੇ ਗਿਆ ਉੱਥੇ ਮੈਨੂੰ। ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ, ਚਿੱਟੇ ਚਿੱਟੇ ਦੀ ਨਸ਼ੇ ਤੋਂ ਮੁਕਤੀ ਚਾਹੁੰਦੇ ਹੋ ਕੀ? ਸਰਕਾਰ ਅੱਗੇ ਕੀ ਮੰਗ ਆ ਤੁਹਾਡੀ? ਬਸ ਜਿਹੜੇ ਆ ਸਾਡੇ ਪਿੰਡ 'ਚ ਇਹਨਾਂ ਨੇ ਰੋਕ ਲਾਇਆ, ਇਹ ਹਟ ਗਈ ਚਿੱਟੇ ਲਈ ਪੈਸੇ ਕਿੱਥੋਂ ਆਉਂਦੇ ਤੁਹਾਡੇ ਕੋਲ? ਸਰ ਮੈਂ ਇਹਨੂੰ ਕਹਿ ਦਿੰਦੀ ਸੀ ਬਈ ਇੱਥੇ ਫੜਾਇਆ ਇੱਥੇ ਫੜਾਇਆ, ਮੈਨੂੰ ਲਵਾ ਦਿੰਦੇ ਸੀਗੇ ਬਸ। ਆਪਦੇ ਕੋਲੋਂ ਲਵਾਉਂਦੇ ਸੀਗੇ? ਆਪਦੇ ਕੋਲੋਂ ਲਵਾਉਂਦੇ ਸੀ ਸਰ। ਮੈਂ ਬਸ ਕਹਿ ਦਿੰਦੀ ਹੁਣ ਤੁਸੀਂ ਫਾਊਲ 'ਤੇ ਪੀਂਦੇ ਸੀ ਕਿ ਟੀਕੇ ਨਾਲ ਆਉਂਦੇ? ਹਾਂਜੀ, ਪੰਨੀ 'ਤੇ ਪੀਂਦੇ ਸੀਗੇ ਟੀਕਾ ਲਾਉਂਦੇ ਸੀ? ਪਹਿਲਾਂ ਪੰਨੀ 'ਤੇ ਪੀਂਦੇ ਸੀ ਜੀ, ਹੁਣ ਲਾਉਣ ਲੱਗੇ ਸੀਗੇ ਇੰਜੈਕਸ਼ਨ। ਬਲਜੀਤ ਕੌਰ ਜੀ।
ਬੇਟੇ ਨੂੰ ਜੀ ਬੇਟੇ ਦਾ ਨਾਂ ਅਰਸ਼ਦੀਪ ਸਿੰਘ ਹੈ ਜੀ। ਬੇਟਾ ਜੀ ਦੂਸਰੇ ਘਰ ਵਾਲੇ ਬੱਚੇ ਆ ਜੀ ਕੀਪਾ ਅਤੇ ਕਾਲਾ। ਉਹਨਾਂ ਕੋਲ ਜੀ ਪਹਿਲਾਂ ਪੀ ਸੀ ਐੱਸ ਸਕੂਲ 'ਚ ਪੜ੍ਹਦਾ ਸੀਗਾ, ਉੱਥੋਂ ਹਟਵਾ ਕੇ ਅਸੀਂ ਇੰਨਾ ਵਧੀਆ ਸੀ ਪੜ੍ਹਨ ਪੜ੍ਹਾਉਣ 'ਚ, ਉੱਥੇ ਇਹਨਾਂ ਨੇ ਬੰਦਾ ਮਗਰ ਲਾ ਤਾ। ਬਾਅਦ 'ਚ ਅਸੀਂ ਪਿੰਡ ਸਰਕਾਰੀ ਸਕੂਲ ਦੇ ਵਿੱਚ ਲਾਇਆ, ਉੱਥੇ ਜੀ ਟਿਊਸ਼ਨ ਜਾਂਦਾ ਸੀਗਾ ਨਾਲ ਦੇ ਘਰ। ਉੱਥੋਂ ਇਹ ਭੇਚਣ ਭੇਚਣ ਕੇ ਆਪਦੇ ਕੋਲ ਸੱਦ ਲੈਂਦੇ ਸੀਗੇ। ਸਾਨੂੰ ਤਾਂ ਸਾਲ ਹੋ ਗਿਆ ਵੀਰ ਜੀ ਲਾਉਂਦੇ ਨੂੰ, ਸਾਨੂੰ ਤਾਂ ਮਹੀਨਾ ਕੀ ਹੋਇਆ ਜੀ ਪਤਾ ਚੱਲੇ ਨੂੰ। ਅਤੇ ਚਿੱਟਾ ਲਾਉਂਦਾ ਜੀ, ਟੀਕੇ ਲਾਉਂਦਾ ਜੀ। ਉਮਰ ਕਿੰਨੀ ਹੈ ਜੀ? 16 ਸਾਲ ਹੈ ਜੀ। ਸਾਨੂੰ ਜੀ ਮਹੀਨਾ ਕੀ ਹੋ ਗਿਆ ਪਤਾ ਲੱਗੇ ਜੀ। ਇੱਥੇ ਸਰ ਪਿੰਡ ਡਾਕਟਰੀ ਇਲਾਜ ਚੱਲੀ ਜਾਂਦਾ ਸੀਗਾ ਅਤੇ ਦੌਰਾ ਪੈ ਗਿਆ ਜੀ। ਕਿਸੇ ਸੈਂਟਰ 'ਚ ਨਹੀਂ ਜਮ੍ਹਾਂ ਕਰਾਇਆ? ਨਹੀਂ ਜੀ, ਸੈਂਟਰ 'ਚ ਨਹੀਂ ਕਰਵਾਇਆ ਜੀ। ਹੁਣ ਥੋੜ੍ਹੇ ਦਿਨ ਪਹਿਲਾਂ ਜੀ ਇਹਨਾਂ ਦੇ ਡੈਡੀ ਨੂੰ ਪੈਸਿਆਂ ਦੀ ਲੋੜ ਪੈ ਗਈ, 20,000 ਰੁਪਈਆ ਲੈ ਗਿਆ। ਮੋਟਰਸਾਈਕਲ ਸੀ ਇੱਥੇ ਬੈਂਕ 'ਚ ਆਏ ਸੀਗੇ ਜੀ, ਚਾਚਾ ਸੀਗਾ ਉਹਦਾ ਨਾਲ ਕਰਚਰਨ ਸਿੰਘ, ਅਤੇ 20,000 ਰੁਪਈਆ ਸੀ, ਮੋਟਰਸਾਈਕਲ ਸੀਗਾ ਜੀ, ਫੋਨ ਸੀਗਾ। ਇੱਥੋਂ ਗੁੰਮਰਾਹ ਕਰ ਲਿਆ ਜੀ ਉਹਨਾਂ ਨੇ, ਫੋਨ ਫਾਨ ਲਾ ਕੇ ਆਪਦੇ ਕਬਜ਼ੇ 'ਚ ਕਰ ਲਿਆ। ਇੱਥੋਂ ਜੀ ਜਲੰਧਰ ਚਲਿਆ ਗਿਆ ਮੋਟਰਸਾਈਕਲ, ਬਾਗੇ ਪੁਰਾਣਾ ਉੱਥੇ ਮੋਗੇ ਅੱਡੇ 'ਚ ਲਾ ਗਿਆ ਜੀ। ਉਹਨਾਂ ਨੇ ਕਿਹਾ ਤੁਸੀਂ ਇੱਥੇ ਲਾ ਜਾਓ, ਅਤੇ 15 ਦਿਨ ਤੋਂ ਜੀ ਹੁਣ ਟੀਕੇ ਲਾ ਰਿਹਾ ਸੀਗਾ। ਪਰਸੋਂ ਆਪਣੇ ਆਪ ਹੀ ਘਰ ਆ ਗਿਆ ਜੀ, ਪਰਸੋਂ ਦਾ ਫਿਰ ਡਾਕਟਰੀ ਇਲਾਜ ਚੱਲੀ ਜਾਂਦਾ, ਅੱਜ ਦੌਰਾ ਪੈ ਗਿਆ ਜੀ। ਅੱਜ ਕਿੱਥੋਂ ਲੈ ਕੇ ਆਏ? ਸੰਗਤਪੁਰੇ ਤੋਂ ਲੈ ਕੇ ਆਏ ਜੀ। ਪਿੰਡ ਆ ਤੁਹਾਡਾ? ਹਾਂਜੀ। ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ, ਬਸ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਸਖ਼ਤ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਮੇਰੇ ਬੱਚੇ ਦੀ ਜਾਨ ਬਚਾਈ ਜਾਵੇ। ਅਤੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਜੀ, ਸਾਡੇ 16 ਦਿਨ ਹੋ ਗਏ ਉਹਨਾਂ ਨੂੰ। 9ਵੀਂ ਕਲਾਸ 'ਚ ਪੜ੍ਹਦਾ ਜੀ, ਇੱਥੇ ਪਿੰਡ ਹੀ ਪੜ੍ਹਦਾ ਜੀ ਸਰਕਾਰੀ ਸਕੂਲ 'ਚ। ਗੁਰਚਰਨ ਸਿੰਘ ਜੀ। ਕਿਹੜਾ ਪਿੰਡ ਹੈ? ਸੰਗਤਪੁਰਾ ਜੀ। ਅੱਜ ਜਿਹੜਾ ਮੁੰਡਾ ਲੈ ਕੇ ਆਏ ਹੋ? ਹਾਂਜੀ, ਮੇਰਾ ਭਤੀਜਾ ਹੀ ਹੈ ਜੀ। ਕੀ ਕੀ ਕਾਰਨ ਇੱਥੇ ਲੈ ਕੇ ਆਏ ਹੋ? ਇਹ ਦੌਰਾ ਪੈ ਗਿਆ ਸੀਗਾ, ਇਹਨੂੰ ਚਿੱਟਾ ਚੁੱਟਾ ਲਾਉਂਦੇ ਰਹੇ ਆ ਘਰਾਂ ਦੇ ਪਾਸੋਂ ਜੀ, ਸਾਡੇ ਸਗੇ ਹੀ ਆ। ਸਾਨੂੰ ਤਾਂ ਮਹੀਨੇ ਡੇਢ ਮਹੀਨੇ ਦਾ ਹੀ ਪਤਾ ਲੱਗਿਆ ਜੀ, ਪਹਿਲਾਂ ਚੋਰੀ ਚਾਰੀ ਲਾਉਂਦਾ ਸੀ, ਉੱਥੇ ਟਿਊਸ਼ਨ 'ਤੇ ਜਾਂਦਾ ਹੁੰਦਾ ਜੀ ਪੜ੍ਹਨ। ਹਾਂਜੀ, 9ਵੀਂ 'ਚ ਪੜ੍ਹਦਾ ਜੀ। ਇਹ ਆਪ ਹੀ ਬੋਲੀ ਜਾਂਦਾ ਜੀ, ਉੱਥੇ ਨਾਲ ਹੀ ਹੈ ਜੱਸੇ ਦੇ ਜਵਾਕ ਹੈ ਜੀ, ਦੋ ਮੁੰਡੇ, ਕਾਲਾ ਇੱਕ। ਇਸ ਬਾਬਤ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਵੀ ਕਿ ਪਿੰਡ ਦੇ ਵਿੱਚ ਚਿੱਟਾ ਵੇਚਦੇ ਆ? ਹਾਂਜੀ, ਦਰਖਾਸਤ ਦਿੱਤੀ ਥਾਣੇ ਜੀ। ਕੀ ਕਾਰਵਾਈ ਹੋਈ? ਕਾਰਵਾਈ ਜੀ ਲੈ ਕੇ ਲੈ ਗਏ, ਬਾ ਬਿਆਨ ਹੋ ਗਿਆ, ਮੁੜ ਕੇ ਕੋਈ ਕਾਰਵਾਈ ਪਾਉਂਦਾ ਨਹੀਂ ਹੁਣ ਸਰਕਾਰ ਵੱਲੋਂ ਕੋਈ ਪ੍ਰੋਪਰ ਕੋਈ ਕਾਰਵਾਈ ਨਹੀਂ ਕੀਤੀ। ਹਾਂਜੀ, ਹੁਣ ਤੁਸੀਂ ਸਰਕਾਰ ਵਿੱਚ ਕੀ ਮੰਗ ਕਰਦੇ? ਹੁਣ ਜੀ ਇਹੀ ਕਰਦੇ ਵੀ ਨਿਆਂ ਨਿਬੜ ਜੇ, ਇਹਦਾ ਕਿਸੇ ਨਾ ਕਿਸੇ ਹਿਸਾਬ ਨਾਲ ਹੱਲ ਹੋਣਾ ਚਾਹੀਦਾ। ਇਹ ਜਵਾਕ ਦੀ ਪੜ੍ਹਾਈ ਵੀ ਖਰਾਬ ਹੋ ਗਈ ਹੈ ਜੀ, ਇਹਦਾ ਜਾਨ ਦਾ ਵੀ ਖਤਰਾ ਹੈ ਜੀ, ਹੁਣ ਕੀ ਪਤਾ ਕੀ ਹਾਲ ਕਿਵੇਂ ਹੋ ਗਿਆ ਨਾ। ਇਲਾਜ ਵੀ ਕਰਾਉਂਦੇ ਰਹੇ ਅਸੀਂ, ਪਹਿਲਾਂ ਭੱਜ ਵੀ ਗਿਆ ਸੀਗਾ ਇਹ ਵਿੱਚੋਂ। ਇਹ ਦੋ ਕੁ ਮਹੀਨੇ ਹੋ ਗਏ ਜੀ ਸਾਨੂੰ ਇਹਦੀ ਨਿਗਰਾਨੀ ਰੱਖਦੇ ਹਨ। ਇਹਦੇ ਡੈਡੀ ਨੇ ਮੈਨੂੰ ਕਿਹਾ ਸੀਗਾ ਵੀ ਤੈਨੂੰ ਤਨਖਾਹ ਦੇ ਜਾਊਂ, ਇਹਦੀ ਗੌਰ ਰੱਖਣੀ ਆ ਵੀ ਇਹਦੀ ਬੱਚਤ ਕਰਾ ਚਿੱਟੇ ਤੋਂ। ਮੈਂ ਸਕੂਲ 'ਚ ਜਾਂਦਾ ਹੁੰਦਾ ਸੀ ਪੜ੍ਹਾਉਣ, ਇਹ ਪੜ੍ਹਨ ਜਾਂਦਾ ਸੀਗਾ, ਪੇਪਰ ਹੁੰਦੇ ਜਿੰਨਾ ਚਿਰ ਸਕੂਲ ਨਹੀਂ ਲੱਗਦਾ ਸੀ ਉਨਾ ਚਿਰ ਆਉਂਦਾ ਨਹੀਂ ਸੀ, ਅਤੇ ਪਹਿਲਾਂ ਟਾਈਮ ਨਾਲ ਫਿਰ ਜਾਣਾ ਉੱਥੇ ਲੈ ਕੇ ਆਉਣਾ, ਚੋਰੀ ਛਪੋਰੀ ਫੜਾ ਦਿੰਦੇ ਸੀ। ਇਹ ਟੀਕੇ ਵੀ ਲਾਉਣ ਲੱਗ ਗਿਆ ਜੀ ਹੁਣ ਤਾਂ, ਪਹਿਲਾਂ ਕਿਹੜੀ ਪੰਨੀ ਪੁੰਨੀ 'ਤੇ ਹੁੰਦਾ ਨਹੀਂ, ਆਪ ਹੀ ਲਾਉਂਦਾ ਹੁੰਦਾ ਜੀ। ਇਹ ਪਹਿਲਾਂ ਦੱਸਦਾ ਸੀ ਵੀ ਜੱਸੇ ਦਾ ਜਿਹੜਾ ਮੁੰਡਾ ਵੱਡਾ ਕੀ ਪਾ, ਉਦੋਂ ਕਿ ਮੈਂ ਲਵਾਇਆ ਸੀਗਾ ਜੋ ਸਟਾਰਟਿੰਗ ਹੋਈ ਆ ਪਹਿਲਾਂ ਜੀ। ਕੀ ਪੇ ਤੋਂ? ਮੇਰਾ ਡਾਕਟਰ ਕਮਲਪ੍ਰੀਤ। ਕਮਲ ਜੀ, ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲੇ, ਕੀ ਮਾਮਲਾ? ਅਰਸ਼ਦੀਪ ਨਾਮ ਦਾ ਪੇਸ਼ੈਂਟ ਆਇਆ, 16 ਸਾਲ ਦੀ ਉਮਰ ਉਹਦੀ, ਸੰਗਤਪੁਰਾ ਤੋਂ ਆ ਪੇਸ਼ੈਂਟ, ਅਤੇ ਉਹ ਡਰੱਗ ਅਡਿਕਟ ਹੈ, ਅਤੇ ਉਹਦੇ ਕਰਕੇ ਜਿਹੜੀ ਹੁਣ ਤੋੜ ਲੱਗ ਰਹੀ ਹੈ ਉਹਦੇ ਕਰਕੇ ਪੇਸ਼ੈਂਟ ਆਇਆ ਹੋਇਆ। ਅਤੇ ਹੁਣ ਹਾਲਤ ਕਿੱਦਾਂ ਦੀ? ਹੁਣ ਅੱਗੇ ਨਾਲੋਂ ਠੀਕ ਹੈ ਉਹ। ਦੇਰ ਹੈ ਪਰ ਹਨੇਰ ਨਹੀਂ, ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਂ, ਕਾਲ ਕਰੋ 98154-60-154, ਪਤਾ ਲੁਧਿਆਣਾ। ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649, ਹੋਵੇ ਆ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ
नहीं रोन देंगा। इट्स माई प्रोमिस। गुरु बशीर खान 98154560154।